ਇੱਕ ਕੈਬ ਡਰਾਈਵਰ ਤੋਂ ਗਨ ਪੁਆਇੰਟ ਦੇ ਉੱਤੇ ਗੱਡੀ ਖੋਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਨਾਕੇ ਦੇ ਉੱਤੇ ਹੀ ਗੱਡੀ ਨੂੰ ਕਾਬੂ ਕਰ ਲਿਆ ਤੇ ਤਿੰਨ ਬਦਮਾਸ਼ਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਤਿੰਨ ਬਦਮਾਸ਼ਾਂ ਨੇ ਇੱਕ ਕੈਬ ਡਰਾਈਵਰ ਤੋਂ ਗੱਡੀ ਬੁੱਕ ਕੀਤੀ ਅਤੇ ਉਸਨੂੰ ਏਅਰਪੋਰਟ ਛੱਡਣ ਦੇ ਲਈ ਕਿਹਾ, ਪਰ ਜਿਵੇਂ ਹੀ ਉਹ ਰਸਤੇ ਦੇ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਉਸਨੂੰ ਦਿਖਾਇਆ ਅਤੇ ਗਨ ਪੁਆਇੰਟ ਦੇ ਉੱਤੇ ਉਸਦੇ ਕੋਲੋਂ ਗੱਡੀ ਦੀ ਲੁੱਟ ਖੋਹ ਕੀਤੀ, ਜਿਸ ਤੋਂ ਬਾਅਦ ਤੁਰੰਤ ਮੌਕੇ ਦੇ ਉੱਤੇ ਹੀ ਡਰਾਈਵਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਅੱਗੇ ਨਾਕਾ ਲਗਾ ਕੇ ਉਸ ਕਾਰ ਨੂੰ ਕਾਬੂ ਕਰ ਲਿਆ। ਹਾਲਾਂਕਿ ਇਸ ਦੌਰਾਨ ਕਾਰ ਦੀ ਵੀ ਭੰਨਤੋੜ ਕੀਤੀ ਗਈ ਹੈ, ਪਰ ਕਿਹਾ ਜਾ ਰਿਹਾ ਕਿ ਤਿੰਨੋਂ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਿਨ੍ਹਾਂ ਦੇ ਕੋਲੋਂ ਇੱਕ ਹਥਿਆਰ ਵੀ ਬਰਾਮਦ ਹੋਇਆ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਤਿੰਨ ਬਦਮਾਸ਼ਾਂ ਨੇ ਏਅਰਪੋਰਟ ਜਾਣ ਦੇ ਲਈ ਕੈਬ ਨੂੰ ਬੁੱਕ ਕੀਤਾ, ਫਿਰ ਗਨ ਪੁਆਇੰਟ ਦੇ ਉੱਤੇ ਰਸਤੇ ਦੇ ਵਿੱਚ ਉਸੇ ਡਰਾਈਵਰ ਤੋਂ ਗੱਡੀ ਖੋਹ ਲਈ ਅਤੇ ਜਦੋਂ ਗੱਡੀ ਖੋਈ ਗਈ ਤਾਂ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਹੀ ਇਹਨਾਂ ਨੂੰ ਕਾਬੂ ਕਰ ਲਿਆ। ਇਹਨਾਂ ਮੁੰਡੇ ਆ ਤਿੰਨ ਆਏ ਆ ਅਤੇ ਕਹਿੰਦੇ ਵੀ ਆਪਾਂ ਜਾਣਾ ਏਅਰਪੋਰਟ 'ਤੇ, ਅਤੇ ਮੈਂ ਇਹਨਾਂ ਨੂੰ ਭਾਗ ਕੇ ਏਅਰਪੋਰਟ ਚੱਲਿਆ, ਰਸਤੇ ਇਹਨਾਂ ਨੇ ਮੈਨੂੰ ਕਹਿੰਦੇ ਆਪਣੇ ਛੁਰੀ ਰੱਖਤੀ ਆ ਅਤੇ ਇੱਕ ਨੇ ਰਿਵਾਲਵਰ ਗੱਡੀ 'ਚ ਬੈਠੇ 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 ਮੈਨੂੰ ਕਹਿੰਦੇ ਗੱਡੀ ਸਾਈਡ 'ਤੇ ਲਾ ਦਿਓ। ਮੈਂ ਗੱਡੀ ਟੇਢੀ ਕਰਤੀ, ਜਾਮ ਲਵਾਇਆ ਅਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋਲ ਭੱਜ ਗਏ ਤਿੰਨੇ ਜਣੇ, ਅਤੇ ਅੱਗੇ ਗੁਮਟਾਲਾ ਪੁਲਿਸ ਚੌਂਕੀ ਨੇ ਫੜ ਲਏ, ਪੁਲਿਸ ਵਾਲਿਆਂ ਨੇ ਬੰਦੇ ਫੜ ਲਏ। ਹਾਂ, ਅਤੇ ਉਹਨਾਂ ਦੇ ਹਥਿਆਰ ਵੀ ਜ਼ਬਤ ਹੋ ਗਏ ਆ। ਇਹ ਤੁਹਾਨੂੰ ਪੁਲਿਸ ਨੂੰ ਪਤਾ ਹੋਊਗਾ, ਮੈਨੂੰ ਨਹੀਂ ਪਤਾ। ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ? ਗੱਡੀ ਮੇਰੀ ਉਹਨੇ ਸ਼ੀਸ਼ੇ ਜੋ ਭੰਨਤੇ ਮਾਰ ਕੇ ਲੋਕਾਂ ਦੇ ਵਿੱਚ। ਠੀਕ ਹੈ, ਬੜੋ ਪਬਲਿਕ 'ਚ ਮਰੀ ਕਿਸੇ ਦੂਜੀ ਗੱਡੀ 'ਚ। ਹਾਂਜੀ, ਹਾਂ, ਉਹਦੇ ਸ਼ੀਸ਼ੇ ਜੋ ਭੰਨਤੇ ਇਹਨਾਂ ਨੇ। ਮੈਂ ਇਨਸਾਫ ਹੋਇਆ ਮੇਰੇ ਨਾਲ, ਗੱਡੀ ਮੇਰੀ ਜੀ ਓਲਾ ਉਬਰ ਦੇ ਵਿੱਚ ਆਪਣਾ ਕੰਮ ਕਰਦੇ ਸੀ, ਲੋਕਲ ਇੱਥੇ ਚਲਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਹੈ ਓਲਾ 'ਚ। ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਇਹਨੂੰ ਬੈਠੇ ਸੀ ਉੱਥੇ, ਅਤੇ ਤਿੰਨ ਜਣੇ ਆਏ ਆ ਅਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗਾਓ ਵੀ ਗੱਲਬਾਤ ਕੀਤੀ ਆ ਕਿ ਸਾਨੂੰ ਏਅਰਪੋਰਟ ਛੱਡ ਦਿਓ ਜੀ। ਉਹ ਵੀਰ ਨੇ ਬਿਠਾ ਲਏ ਆ ਅਤੇ ਇੱਥੇ ਹਰਤੇਜ ਅੰਮ੍ਰਿਤਸਰ ਤੇਜ ਹੋਸਪਿਟਲ ਲੱਗ ਗਏ ਫਲਾਈਓਵਰ ਤੋਂ ਉੱਤਰਦੇ ਕੀ ਕਹਿੰਦੇ ਇਹਨੂੰ ਇੱਕ ਨੇ ਰਿਵੋਲਵਰ ਰੱਖਤਾ ਜੇ, ਦੋ ਪਿੱਛੇ ਪੈ ਗਏ, ਇੱਕ ਅੱਗੇ ਬੈਠਾ ਸੀ, ਅਤੇ ਇੱਕ ਨੇ ਚਾਕੂ ਰੱਖਤਾ ਕਿ ਗੱਡੀ ਕੀ ਕਹਿੰਦੇ ਇਹਨੂੰ ਖੋਹਣ ਨੂੰ ਪਏ ਇਹਨੂੰ, ਅਤੇ ਇਹਨੂੰ ਕਹਿੰਦੇ ਤੂੰ ਪਿੱਛੇ ਪੈ, ਅਤੇ ਇਹ ਵੀਰ ਉੱਤਰ ਕੇ ਗਿਣਾਉਂਦੇ ਕਹਿੰਦਾ ਚਲੋ ਮੈਂ ਪਿੱਛੇ ਪੈਂਦਾ ਵਾਂ, ਇਹ ਵੀਰ ਪਿੱਛੇ ਪੈਣ ਲੱਗਾ ਵਾ ਅਤੇ ਇਹਨੇ ਗੱਡੀ ਰੋਕਦੀ ਕਾਫੀ, ਪਰ ਕਹਿੰਦੇ ਕਿ ਮੈਂ ਕਾਫੀ ਦੇਰ ਮਤਲਬ ਉਹਨਾਂ ਨਾਲ ਹੱਥ ਪਾਈ ਕਰਦਾ ਰਿਹਾ ਪਰ ਕੋਈ ਮੈਨੂੰ ਮਦਦ ਕਰਨ ਵਾਸਤੇ ਨਹੀਂ ਆਇਆ। ਉਹ ਤਾਂ ਇੱਥੇ ਗੁਮਟਾਲਾ ਬਾਈਪਾਸ ਆਪਣਾ ਪੁਲਿਸ ਵਾਲੇ ਹੈਗੇ ਸੀ, ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਂਕ 'ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ, ਭੱਜ ਕੇ ਫੜਿਆ ਜੇ ਉਹਨਾਂ ਨੂੰ, ਅਤੇ ਚਲੋ ਵੀ ਡਰਾਈਵਰ ਦਾ ਬਚਾਅ ਹੋ ਗਿਆ, ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ, ਅਤੇ ਇਹ ਕਰੋ। ਬਾਕੀ ਅਸੀਂ ਤਾਂ ਇਹੀ ਚਾਹੁੰਦੇ ਕਿ ਇਹਨਾਂ ਦੀ ਸਖ਼ਤ ਕਾਰਵਾਈ ਹੋਵੇ ਅਤੇ ਸਾਡੇ ਨਾਲ ਇਨਸਾਫ਼ ਹੋਵੇ ਡਰਾਈਵਰਾਂ ਨਾਲ। ਇੱਕ ਕੈਬ ਡਰਾਈਵਰ ਤੋਂ ਗਨ ਪੁਆਇੰਟ ਦੇ ਉੱਤੇ ਗੱਡੀ ਖੋਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਨਾਕੇ ਦੇ ਉੱਤੇ ਹੀ ਗੱਡੀ ਨੂੰ ਕਾਬੂ ਕਰ ਲਿਆ ਅਤੇ ਤਿੰਨ ਬਦਮਾਸ਼ਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਤਿੰਨ ਬਦਮਾਸ਼ਾਂ ਨੇ ਇੱਕ ਕੈਬ ਡਰਾਈਵਰ ਤੋਂ ਗੱਡੀ ਬੁੱਕ ਕੀਤੀ ਅਤੇ ਉਸਨੂੰ ਏਅਰਪੋਰਟ ਛੱਡਣ ਦੇ ਲਈ ਕਿਹਾ, ਪਰ ਜਿਵੇਂ ਹੀ ਉਹ ਰਸਤੇ ਦੇ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਉਸਨੂੰ ਦਿਖਾਇਆ ਅਤੇ ਗਨ ਪੁਆਇੰਟ ਦੇ ਉੱਤੇ ਉਸਦੇ ਕੋਲੋਂ ਗੱਡੀ ਦੀ ਲੁੱਟ ਖੋਹ ਕੀਤੀ, ਜਿਸ ਤੋਂ ਬਾਅਦ ਤੁਰੰਤ ਮੌਕੇ ਦੇ ਉੱਤੇ ਹੀ ਡਰਾਈਵਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਅੱਗੇ ਨਾਕਾ ਲਗਾ ਕੇ ਉਸ ਕਾਰ ਨੂੰ ਕਾਬੂ ਕਰ ਲਿਆ। ਹਾਲਾਂਕਿ ਇਸ ਦੌਰਾਨ ਕਾਰ ਦੀ ਵੀ ਭੰਨਤੋੜ ਕੀਤੀ ਗਈ ਹੈ, ਪਰ ਕਿਹਾ ਜਾ ਰਿਹਾ ਕਿ ਤਿੰਨੋਂ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਿਨ੍ਹਾਂ ਦੇ ਕੋਲੋਂ ਇੱਕ ਹਥਿਆਰ ਵੀ ਬਰਾਮਦ ਹੋਇਆ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਪਹਿਲਾਂ ਤਾਂ ਤਿੰਨ ਬਦਮਾਸ਼ਾਂ ਨੇ ਏਅਰਪੋਰਟ ਜਾਣ ਦੇ ਲਈ ਕੈਬ ਨੂੰ ਬੁੱਕ ਕੀਤਾ, ਫਿਰ ਗਨ ਪੁਆਇੰਟ ਦੇ ਉੱਤੇ ਰਸਤੇ ਦੇ ਵਿੱਚ ਉਸੇ ਡਰਾਈਵਰ ਤੋਂ ਗੱਡੀ ਖੋਹ ਲਈ ਅਤੇ ਜਦੋਂ ਗੱਡੀ ਖੋਈ ਗਈ ਤਾਂ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਤਾਂ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਹੀ ਇਹਨਾਂ ਨੂੰ ਕਾਬੂ ਕਰ ਲਿਆ। ਮੇਰੇ ਨਾਲ ਮੁੰਡੇ ਆ ਤਿੰਨ ਆਏ ਆ ਅਤੇ ਕਹਿੰਦੇ ਵੀ ਆਪਾਂ ਜਾਣਾ ਏਅਰਪੋਰਟ 'ਤੇ, ਅਤੇ ਮੈਂ ਇਹਨਾਂ ਨੂੰ ਭਾਗ ਏਅਰਪੋਰਟ ਚੱਲਿਆ ਦੇ ਰਸਤੇ, ਇਹਨਾਂ ਨੇ ਮੈਨੂੰ ਕਹਿੰਦੇ ਇੱਕ ਨੇ ਛੁਰੀ ਰੱਖਤੀ ਆ ਅਤੇ ਇੱਕ ਨੇ ਰਿਵਾਲਵਰ ਗੱਡੀ 'ਚ ਬੈਠੇ ਬੈਠੇ ਮੈਨੂੰ ਕਹਿੰਦੇ ਗੱਡੀ ਸਾਈਡ 'ਤੇ ਲਾ ਦਿਓ। ਮੈਂ ਗੱਡੀ ਟੇਢੀ ਕਰਤੀ, ਜਾਮ ਲਵਾਇਆ ਅਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋਲ ਭੱਜ ਗਏ ਤਿੰਨੇ ਜਣੇ, ਅਤੇ ਅੱਗੇ ਗੁਮਟਾਲਾ ਪੁਲਿਸ ਚੌਂਕੀ ਨੇ ਫੜ ਲਏ। ਪੁਲਿਸ ਵਾਲਿਆਂ ਨੇ ਬੰਦੇ ਫੜ ਲਏ? ਹਾਂ। ਅਤੇ ਉਹਨਾਂ ਦੇ ਹਥਿਆਰ ਵੀ ਜ਼ਬਤ ਹੋ ਗਏ ਆ? ਇਹ ਤਾਂ ਪੁਲਿਸ ਨੂੰ ਪਤਾ ਹੋਊਗਾ, ਮੈਨੂੰ ਨਹੀਂ ਪਤਾ। ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ? ਗੱਡੀ ਮੇਰੀ ਉਹਨੇ ਸ਼ੀਸ਼ੇ ਜੋ ਭਾਂਤੇ ਮਾਰ ਕੇ ਲੋਕਾਂ ਦੇ ਵਿੱਚ, ਠੀਕ ਹੈ, ਬਲ ਪਬਲਿਕ 'ਚ ਮਰੀ ਕਿਸੇ ਦੂਜੀ ਗੱਡੀ 'ਚ। ਹਾਂਜੀ। ਹਾਂ, ਉਹਦੇ ਸ਼ੀਸ਼ੇ ਜੋ ਭਾਂਤੇ ਇਹਨਾਂ ਨੇ। ਮੈਂ ਇਨਸਾਫ ਹੋਇਆ ਮੇਰੇ ਨਾਲ, ਮੈਨੂੰ ਗੱਡੀ ਮੇਰੀ ਜੀ। ਓਲਾ ਉਬਰ ਦੇ ਵਿੱਚ ਆਪਣਾ ਕੰਮ ਕਰਦੇ ਸੀ, ਲੋਕਲ ਇੱਥੇ ਚਲਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਹੈ ਓਲਾ 'ਚ। ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਇਹਨੂੰ ਬੈਠੇ ਸੀ ਉੱਥੇ, ਅਤੇ ਤਿੰਨ ਜਣੇ ਆਏ ਆ, ਅਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗਾਓਗੇ ਗੱਲਬਾਤ ਕੀਤੀ ਆ ਕਿ ਸਾਨੂੰ ਏਅਰਪੋਰਟ ਛੱਡ ਦਿਉ ਜੀ। ਉਹ ਵੀਰ ਨੇ ਬਿਠਾ ਲਏ ਆ, ਅਤੇ ਇੱਥੇ ਹਰਤੇਜ ਅੰਮ੍ਰਿਤਸਰ ਹਰਤੇਜ ਹੋਸਪਿਟਲ ਲੱਗ ਗਏ ਫਲਾਈਓਵਰ ਤੋਂ ਉੱਤਰਦੇ। ਕੀ ਕਹਿੰਦੇ ਇਹਨੂੰ ਇਹਨੂੰ ਇੱਕ ਨੇ ਰਿਵੋਲਵਰ ਰੱਖਤਾ ਜੇ, ਦੋ ਪਿੱਛੇ ਪੈ ਗਏ, ਇੱਕ ਅੱਗੇ ਬੈਠਾ ਸੀ, ਅਤੇ ਇੱਕ ਨੇ ਚਾਕੂ ਰੱਖਤਾ ਕਿ ਗੱਡੀ ਕੀ ਕਹਿੰਦੇ ਇਹਨੂੰ ਖੋਹ ਨੂੰ ਪਏ ਇਹਨੂੰ, ਅਤੇ ਇਹਨੂੰ ਕਹਿੰਦੇ ਤੂੰ ਪਿੱਛੇ ਪੈ, ਅਤੇ ਇਹ ਵੀਰ ਉੱਤਰ ਕੇ ਗਿਣਾਉਂਦੇ ਕਹਿੰਦਾ ਚਲੋ ਮੈਂ ਪਿੱਛੇ ਪੈਂਦਾ ਵਾਂ, ਇਹ ਵੀਰ ਪਿੱਛੇ ਪੈਣ ਲੱਗਾ ਵਾ, ਅਤੇ ਇਹਨੇ ਗੱਡੀ ਰੋਕਤੀ ਕਾਫੀ, ਪਰ ਕਹਿੰਦੇ ਕਿ ਮੈਂ ਕਾਫੀ ਦੇਰ ਮਤਲਬ ਉਹਨਾਂ ਨਾਲ ਹੱਥ ਪਾਈ ਕਰਦਾ ਰਿਹਾ ਪਰ ਕੋਈ ਮੈਨੂੰ ਮਦਦ ਕਰਨ ਵਾਸਤੇ ਨਹੀਂ ਆਇਆ। ਉਹ ਤਾਂ ਇੱਥੇ ਗੁਮਟਾਲਾ ਬਾਈਪਾਸ ਆਪਣਾ ਪੁਲਿਸ ਵਾਲੇ ਹੈਗੇ ਸੀ, ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਂਕ 'ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ, ਭੱਜ ਕੇ ਫੜਿਆ ਜੇ ਉਹਨਾਂ ਨੂੰ, ਅਤੇ ਚਲੋ ਵੀ ਡਰਾਈਵਰ ਦਾ ਬਚਾਅ ਹੋ ਗਿਆ, ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ, ਅਤੇ ਇਹ ਕਰੋ। ਬਾਕੀ ਅਸੀਂ ਤਾਂ ਇਹੀ ਚਾਹੁੰਦੇ ਕਿ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਵੇ ਅਤੇ ਸਾਡੇ ਨਾਲ ਇਨਸਾਫ ਹੋਵੇ ਡਰਾਈਵਰਾਂ ਨਾਲ।